ਲੁੱਟੇ ਗਏ ਮੈਂ, ਪੱਟੇ ਗਏ ਮੈਂ, ਚੋਰੀ ਹੋ ਗਈ ਆਪਣੇ ਘਰੇ। ਮੰਮੀ ਆ ਰਹੇ ਗਹਿਣੇ ਤੇ ਪੈਸੇ। ਮੈਂ ਤੁਹਾਨੂੰ ਕਹਿ ਰਹੀ ਸੀ ਨਾ ਵੀ ਮੈਂ ਚੋਰੀ ਨਹੀਂ ਕੀਤੀ। ਹੁਣ ਤੂੰ ਆਪਣੀ ਬਕਵਾਸ ਬੰਦ ਕਰੇਂਗੀ, ਮੈਂ ਕੁਝ ਬੋਲਾਂ? ਚੋਰੀ ਤੂੰ ਕੀਤੀ ਹੈ ਤੂੰ। ਦੇਖ ਲੈ ਪੁੱਤ, ਤੇਰੇ ਭਰਾ ਨੇ ਅਜੇ ਕਿੱਡਾ ਵੱਡਾ ਝੂਠ ਬੋਲਿਆ, ਟੀਵੀ ਨੂੰ ਬਚਾਉਣ ਦੇ ਮਾਰੇ ਨੇ, ਹੈ ਜਮਾ ਨਹੀਂ ਉਹਨੇ ਕੁਛ ਕਿਹਾ। ਸਹੀ ਕਹਿੰਦੇ ਹੋ ਮੰਮੀ ਤੁਸੀਂ, ਵੀਰਾ ਤਾਂ ਪੂਰਾ ਹੀ ਭਾਬੀ ਦੇ ਮਗਰ ਲੱਗਿਆ ਪਿਆ, ਇਹਨੇ ਤਾਂ ਆਉਂਦੀ ਨਹੀਂ ਕੰਟਰੋਲ 'ਚ ਕਰ ਲਿਆ। ਨਹੀਂ ਮੈਨੂੰ ਤਾਂ ਐਂ ਸੀ ਆਪਾਂ ਇਹਦੇ ਚੋਰੀ ਦਾ ਇਲਜ਼ਾਮ ਲਾ ਦਾਂਗੇ ਤੇ ਇਹਨੂੰ ਘਰੋਂ ਕਢਾ ਦਾਂਗੇ, ਆਪਣੀ ਤਾਂ ਸਕੀਮ ਹੀ ਫੇਲ ਹੋ ਗਈ। ਸਕੀਮ ਤਾਂ ਮੰਮੀ ਆਪੇ ਹੀ ਫੇਲ ਹੋਣੀ ਸੀ, ਵੀਰੇ ਨੇ ਭਾਬੀ ਨੂੰ ਬਚਾਉਣ ਖਾਤਰ ਸਾਰਾ ਇਲਜ਼ਾਮ ਜੋ ਆਪਣੇ ਸਿਰ ਲੈ ਲਿਆ। ਪਰ ਕਿਉਂ ਲਿਆ ਇਹ ਨਹੀਂ ਸਮਝ ਆਈ ਮੰਮੀ ਮੈਨੂੰ, ਪਰ ਇੱਕ ਗੱਲ ਦੀ ਸਮਝ ਜ਼ਰੂਰ ਆ ਗਈ ਮੰਮੀ ਮੈਨੂੰ, ਵੀਰਾ ਤੇਰੇ ਹੱਥੋਂ ਤਾਂ ਗਿਆ, ਹੁਣ ਤਾਂ ਉਹ ਭਾਬੀ ਦਾ ਹੀ ਹੋ ਕੇ ਰਹਿ ਗਿਆ। ਐਂ ਕਿਵੇਂ ਕਰ ਲੂਗੀ ਉਹ ਆਪਣੀ ਮੁੱਠੀ 'ਚ, ਮੁੰਡਾ ਮੇਰਾ ਹੈ, ਮੇਰੀ ਹੋਈ ਗੱਲ ਮੰਨੂਗਾ? ਕੋਈ ਨਹੀਂ ਇਸ ਵਾਰ ਉਹਦੀ ਸਾਈਡ ਲੈ ਗਿਆ, ਲੈ ਜਾਣ ਦੇ, ਉਹ ਤਾਂ ਯਕੀਨ ਕਰਦਾ ਹੋਣਾ, ਪਰ ਆਪਾਂ ਉਹਦਾ ਯਕੀਨ ਭੰਨਣਾ। ਮੰਮੀ ਆ ਸਾਰਾ ਕੁਛ ਨਾ ਆਪਾਂ ਵੀਰੇ ਦਾ ਯਕੀਨ ਤੋੜਨ ਲਈ ਹੀ ਕੀਤਾ ਸੀ, ਪਰ ਹੋਇਆ ਕੀ? ਕੁਛ ਵੀ ਨਹੀਂ, ਉਹ ਵੀਰਾ ਤੇ ਭਾਬੀ ਤਾਂ ਇੱਕ ਹੋਏ ਫਿਰਦੇ ਨੇ, ਆਪਣੇ ਤਾਂ ਸਾਰੇ ਕੀਤੇ ਕਿਰਾਏ ਤੇ ਪਾਣੀ ਹੋਈ ਫਿਰ ਗਿਆ। ਮੰਮੀ ਇਹ ਬਲਾ ਨਹੀਂ ਛੇਤੀ ਟਾਲਦੀ, ਹੁਣ ਤੂੰ ਏਦਾਂ ਕਰ ਇਸੇ ਨੂੰ ਹੀ ਆਪਣੀ ਨੂੰਹ ਮੰਨ ਲੈ। ਉਹ ਮੈਂ ਕੀ ਨਹੀਂ ਕੀਤਾ ਤੇਰੇ ਲਈ, ਮੈਂ ਤੈਨੂੰ ਆਪਣੇ ਘਰੇ ਲਿਆਇਆ, ਤੈਨੂੰ ਰਹਿਣ ਦਾ ਠਿਕਾਣਾ ਦਿੱਤਾ, ਤੇਰੀ ਕਾਲਜ ਦੀ ਫੀਸ ਤੱਕ ਭਰੀ, ਤੇ ਤੂੰ ਮੇਰੇ ਘਰੇ ਚੋਰੀ ਕੀਤੀ। ਉਹ ਇਨਸਾਨੀਅਤ ਦੀ ਵੀ ਹੱਦ ਹੁੰਦੀ ਹੈ, ਤੂੰ ਇਹ ਨਾ ਭੁੱਲ ਕਿ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ, ਮੈਂ ਸਿਰਫ ਇਨਸਾਨੀਅਤ ਦੇ ਨਾਤੇ ਤੇਰੀ ਮਦਦ ਕਰ ਰਿਹਾ। ਮੈਨੂੰ ਪਤਾ ਕਿ ਤੁਹਾਡਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ, ਤੁਸੀਂ ਇੱਕ ਮਜਬੂਰ ਕੁੜੀ ਦਾ ਸਾਥ ਦੇ ਰਹੇ ਹੋ, ਪਰ ਮੈਂ ਸੱਚ ਕਹਿ ਰਹੀ ਹਾਂ, ਮੈਨੂੰ ਨਹੀਂ ਪਤਾ ਵੀ ਇਹ ਸਾਰਾ ਸਮਾਨ ਮੇਰੇ ਕੱਪੜਿਆਂ 'ਚ ਕਿਵੇਂ ਆਇਆ। ਉਹ ਤੂੰ ਹਜੇ ਵੀ ਮੁੱਕਰੀ ਜਾਂਦੀ ਹੈ, ਤੇਰੇ ਸਾਹਮਣੇ ਤੇਰੇ ਕੱਪੜਿਆਂ 'ਚੋਂ ਸਾਰਾ ਸਮਾਨ ਮਿਲਿਆ, ਕਿਤੇ ਇਹ ਤਾਂ ਨਹੀਂ ਕਿ ਤੂੰ ਆਪਣੇ ਸ਼ਰਾਬੀ ਬਾਪ ਦੇ ਨਾਲ ਮਿਲੀ ਹੋਵੇਂ ਤੇ ਮੇਰਾ ਘਰ ਲੁੱਟਣਾ ਹੀ ਹੋਵੇ। ਉਹ ਮੈਂ ਆਪਣੇ ਬਾਪ ਨਾਲ ਕਿਉਂ ਰਲੂੰਗੀ, ਮੈਂ ਤਾਂ ਤੁਹਾਡੇ ਅਹਿਸਾਨਾਂ ਥੱਲੇ ਦਬੀ ਹੋਈ ਹਾਂ, ਫਿਰ ਮੈਂ ਇੱਥੇ ਚੋਰੀ ਕਿਉਂ ਕਰੂੰਗੀ? ਮੈਂ ਕੁਛ ਨਹੀਂ ਕੀਤਾ, ਤੁਹਾਨੂੰ ਸਾਰਿਆਂ ਨੂੰ ਕੋਈ ਗਲਤ ਫਹਿਮੀ ਹੋਈ ਆ, ਮੈਂ ਕੁਛ ਨਹੀਂ ਕੀਤਾ। ਔਰ ਰਹਿਣ ਦੇ ਤੂੰ, ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਸੀ ਤਾਂ ਤੂੰ ਮੈਨੂੰ ਕਹਿ ਦਿੰਦੀ, ਮੈਂ ਤੈਨੂੰ ਲਿਆ ਦਿੰਦਾ, ਪਰ ਇਹ ਚੋਰੀ ਵਾਲੀ ਹਰਕਤ ਕਰਕੇ ਨਾ ਅੱਜ ਤੂੰ ਮੇਰੇ ਮਨੋਂ ਲੈ ਗਈ ਹੈ, ਹੁਣ ਤਾਂ ਮੇਰਾ ਐਂ ਜੀ ਕਰਦਾ ਕਿ ਮੈਂ ਤੇਰੀ ਕੋਈ ਮਦਦ ਵੀ ਨਾ ਕਰਾਂ। ਆ ਲਓ ਮੰਮੀ ਜੀ ਚਾਹ ਪੀ ਲਓ। ਰੱਖ ਦੇ ਇੱਥੇ, ਹੁਣ ਸਾਡੇ ਸਿਰ 'ਚ ਪਾਏਗੀ। ਰੁਕੋ ਜੀ, ਮੈਂ ਤੁਹਾਡਾ ਟਿਫਨ ਲੈ ਕੇ ਆਉਂਦੀ ਹਾਂ। ਹੁਣ ਮੈਂ ਇਹਨਾਂ ਨੂੰ ਕਿਵੇਂ ਸਮਝਾਵਾਂ
ਮੈਂ ਸੱਚੀ ਉਹ ਚੋਰੀ ਨਹੀਂ ਕੀਤੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੇਰਾ ਕਸੂਰ ਕੀ ਆ। ਅੱਜ ਤਾਂ ਰੋਟੀ ਵੀ ਨਹੀਂ ਲੈ ਕੇ ਗਏ। ਮੈਨੂੰ ਤਾਂ ਟੈਨਸ਼ਨ ਜੀ ਹੋਈ ਜਾਂਦੀ ਆ। ਹਾਂ, ਰੀਤ ਕਾਲਜ ਜਾਣ ਨੂੰ ਤਿਆਰ ਹੋ ਰਹੀ ਆ। ਮੈਂ ਇਹਨੂੰ ਹੀ ਟਿਫਨ ਫੜਾ ਦਿੰਦੀ ਹਾਂ, ਇਹਨਾਂ ਨੂੰ ਫੜਾ ਦੂੰਗੀ। ਉਹ ਨਹੀਂ ਨਹੀਂ, ਕੋਈ ਨਹੀਂ ਹੈਗਾ, ਮੰਮੀ ਤਾਂ ਕੱਪੜੇ ਸੁੱਕਣੇ ਪਾਉਣ ਗਏ ਨੇ। ਰੀਤ, ਭਾਬੀ ਤੈਨੂੰ ਅਕਲ ਨਹੀਂ ਹੈਗੀ, ਤੂੰ ਸਦੇ ਕੇ ਮੇਰੇ ਕਮਰੇ 'ਚ ਵੜਿਆਈ ਵੀ ਕਿਸੇ ਦੇ ਕਮਰੇ 'ਚ ਦਰਵਾਜ਼ਾ ਖੜਕਾ ਕੇ ਆਈਦਾ ਹੁੰਦਾ। ਸੋਰੀ ਦੀਦੀ, ਅੱਗੇ ਤੋਂ ਨਾ ਮੈਂ ਤੁਹਾਡਾ ਦਰਵਾਜ਼ਾ ਨੌਕ ਕਰਕੇ ਹੀ ਆਊਂਗੀ ਅੰਦਰ। ਤੈਨੂੰ ਅੰਗਰੇਜ਼ੀ ਵੀ ਆਉਂਦੀ ਆ? ਹਾਂ ਆਉਂਦੀ ਆ। ਮੈਂ ਤਾਂ ਤੁਹਾਨੂੰ ਇਹ ਕਹਿਣ ਆਈ ਸੀ ਵੀ ਤੁਸੀਂ ਕਾਲਜ ਕਦੋਂ ਤੱਕ ਜਾਣਾ। ਜਾਣਾ ਤਾਂ ਹੈਗਾ, ਪਰ ਤੈਨੂੰ ਕੀ ਕੰਮ ਆ ਮੇਰੇ ਥਾਈਂ? ਅਸਲ 'ਚ ਨਾ ਤੇਰਾ ਵੀਰਾ ਘਰੇ ਟਿਫਨ ਭੁੱਲ ਗਿਆ। ਉਹ ਤੂੰ ਕਾਲਜ ਜਾਣਾ ਤਾਂ ਹੈਗਾ, ਜਾਂਦੀ ਜਾਂਦੀ ਨਾ ਆਪਣੇ ਵੀਰੇ ਨੂੰ ਟਿਫਨ ਵੀ ਦਿੰਦੀ ਜਾਏ। ਮੇਰਾ ਕਾਲਜ ਨਾ ਵੀਰੇ ਦੇ ਆਫਿਸ ਤੋਂ ਦੂਸਰੀ ਸਾਈਡ 'ਤੇ ਆ, ਨਾਲੇ ਮੈਂ ਜੇ ਵੀਰੇ ਦੇ ਆਫਿਸ ਨਾ ਟਿਫਨ ਦੇਣ ਚਲੀ ਗਈ ਮੈਂ ਲੇਟ ਹੋ ਜਾਣਾ ਕਾਲਜ ਤੋਂ। ਮੇਰੇ ਤੋਂ ਨਹੀਂ ਜਾਇਆ ਜਾਂਦਾ, ਆਪੇ ਦੇ ਆਈ। ਟਿਫਨ ਤਾਂ ਮੈਂ ਦੇ ਆਉਂਦੀ, ਪਰ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ ਕਿਰਾਇਆ ਲਾਉਣ ਵਾਸਤੇ। ਉਹ ਭਾਬੀ ਐਡੀ ਦੂਰ ਵੀ ਨਹੀਂ ਹੈਗਾ ਵੀਰੇ ਦਾ ਆਫਿਸ, ਮਸਾਂ 15 ਮਿੰਟ ਹੀ ਲੱਗਦੇ ਨੇ ਪੈਦਲ ਜਾਣ ਨੂੰ। ਊਂ ਤਾਂ ਤੂੰ ਵੀਰੇ ਨਾਲ ਭੱਜ ਕੇ ਵਿਆਹ ਕਰਾਇਆ ਅਤੇ ਤੂੰ ਇੱਕ ਟਿਫਨ ਨਹੀਂ ਫੜਾ ਕੇ ਆ ਸਕਦੀ। ਲੱਗਦਾ ਨਾ ਤੈਨੂੰ ਵੀਰੇ ਦਾ ਕੋਈ ਫਿਕਰ ਨਹੀਂ ਹੈਗਾ, ਜੇ ਹੁੰਦਾ ਨਾ ਤਾਂ ਮੇਰੇ ਕੋਲ ਨਾ ਆਉਂਦੀ, ਸਿੱਧਾ ਟਿਫਨ ਲੈ ਕੇ ਨਾ ਵੀਰੇ ਦੇ ਆਫਿਸ ਜਾਂਦੀ। ਚਲੋ ਕੋਈ ਨਹੀਂ ਦੀਦੀ, ਤੁਸੀਂ ਗੁੱਸੇ ਨਾ ਹੋਵੋ, ਮੈਂ ਦੇ ਆਉਂਦੀ ਹਾਂ ਟਿਫਨ। ਹੈਲੋ, ਹਾਂਜੀ, ਹੁਣ ਦੱਸੋ ਕੀ ਕਹਿੰਦੇ ਸੀ ਤੁਸੀਂ? ਉਹ ਆ ਜਿਹੜੀ ਤੇਰੇ ਨਾਲ ਗੱਲਾਂ ਕਰਦੀ ਸੀ ਗੜੀ, ਕੌਣ ਸੀ? ਭੈਣ ਸੀ ਇਹ ਤੇਰੀ? ਉਹ ਕੋਈ ਭੈਣ ਭੂਣ ਨਹੀਂ ਹੈਗੀ, ਇਹ ਮੇਰੀ ਭਾਬੀ ਆ ਮੇਰੀ। ਇਹ ਭਾਬੀ ਆ? ਉਹ ਤੂੰ ਤਾਂ ਮੈਨੂੰ ਦੱਸਿਆ ਹੀ ਨਹੀਂ ਹੈਗਾ ਤੇਰੇ ਭਰਾ ਦਾ ਵਿਆਹ ਕਦੋਂ ਹੋ ਗਿਆ। ਵੀਰੇ ਨੇ ਨਾ ਲਵ ਮੈਰਿਜ ਕਰਵਾਈ ਆ, ਸਾਨੂੰ ਵੀ ਮੌਕੇ 'ਤੇ ਹੀ ਪਤਾ ਲੱਗਿਆ, ਤਾਂ ਹੀ ਤਾਂ ਅਸੀਂ ਕੋਈ ਪ੍ਰੋਗਰਾਮ ਨਹੀਂ ਕੀਤਾ। ਉਹ ਤੂੰ ਵੈਸੇ ਤਾਂ ਆਪਦੇ ਭਰਾ ਤੋਂ ਇੰਨਾ ਡਰਦੀ ਆ ਕਿ ਉਹਨੇ ਆਪਣਾ ਵਿਆਹ ਨਹੀਂ ਹੋਣ ਦੇਣਾ, ਪਰ ਉਹ ਤਾਂ ਆਪ ਹੀ ਲਵ ਮੈਰਿਜ ਕਰਾ ਕੇ ਆ ਗਿਆ। ਭਾਵੇਂ ਉਹਨੇ ਆਪ ਲਵ ਮੈਰਿਜ ਕਰਵਾਈ ਆ, ਪਰ ਉਹਨੇ ਮੈਨੂੰ ਨਹੀਂ ਕਰਾਉਣ ਦੇਣੀ। ਪਤਾ ਉਹਦਾ ਸੁਭਾਅ ਕਿੰਨਾ ਸਖਤ ਆ, ਆਪਾਂ ਨੂੰ ਤਾਂ ਨਾ ਆਪਣੀ ਲਵ ਮੈਰਿਜ ਅਰੇਂਜ ਮੈਰਿਜ 'ਚ ਕਨਵਰਟ ਕਰਵਾਉਣੀ ਪਊਗੀ ਨਾ। ਵੈਸੇ ਤੁਸੀਂ ਕਦੋਂ ਕਰਾਉਣਾ ਮੇਰੇ ਨਾਲ ਵਿਆਹ? ਉਹ ਕੋਈ ਨਾ, ਉਹ ਵੀ ਦੱਸਦਾ ਤੈਨੂੰ, ਪਹਿਲਾਂ ਤੂੰ ਮੈਨੂੰ ਮਿਲਣ ਵਾਸਤੇ ਪਾਰਕ 'ਚ ਆ ਜਾ। ਠੀਕ ਆ, ਆਈ ਮੈਂ ਵੀ 5 ਮਿੰਟਾਂ 'ਚ, ਹੁਣ ਕਾਲਜ ਤਾਂ ਨਾ ਮੈਂ ਤੁਹਾਨੂੰ ਮਿਲ ਕੇ ਹੀ ਜਾਊਂਗੀ, ਪਹੁੰਚੋ ਤੁਸੀਂ ਵੀ। ਚੰਗਾ ਫਿਰ, ਜਲਦੀ ਆ ਜਾ। ਮੈਨੂੰ ਤਾਂ ਨਾ ਡਰ ਲੱਗੀ ਜਾਂਦਾ ਕਿਤੇ ਕਿਸੇ ਨੂੰ ਸ਼ੱਕ ਹੀ ਨਾ ਹੋ ਜੇ ਵੀ ਮੈਂ ਤੈਨੂੰ ਇੱਥੇ ਮਿਲਣ ਆਈ ਹਾਂ। ਇੱਕ ਤਾਂ ਤੂੰ ਡਰਪੋਕ ਵਾਲੀ ਆ, ਅੱਜ ਕਿਹੜਾ ਇੱਥੇ ਆਪਾਂ ਪਹਿਲੀ ਵਾਰੀ ਮਿਲਿਆ, 50 ਵਾਰੀ ਤਾਂ ਮਿਲ ਚੁੱਕਿਆ ਇੱਥੇ ਆਪਾਂ। ਜੇ ਤੂੰ ਨਹੀਂ ਡਰਦਾ ਨਾ ਤਾਂ ਮੈਂ ਤਾਂ ਡਰਦੀ ਹਾਂ, 3 ਸਾਲ ਹੋ ਗਏ ਆਪਣੀ ਗੱਲ ਹੋਈ ਨੂੰ ਨਾ, ਹੁਣ ਤੂੰ ਵਿਆਹ ਦੀ ਗੱਲ ਘਰੇ ਕਰਨੀ ਨਹੀਂ ਹੈਗੀ, ਤੂੰ ਵੀ ਕਰ ਆਪਦੇ ਘਰ ਗੱਲ ਵਿਆਹ ਦੀ ਅਤੇ ਮੈਂ ਵੀ ਕਰਦੀ ਹਾਂ। ਉਹ ਤੇਰੀ ਪਿੱਛੇ ਤਾਂ ਸਾਰਾ ਦਿਨ ਮੈਂ ਘੁੰਮਦਾ ਰਹਿੰਦਾ, ਤੇਰਾ ਹੀ ਨਾਂ ਜਪਦਾ ਰਹਿੰਦਾ, ਹੁਣ ਇਹ ਵਿਆਹ ਨੂੰ ਘੱਟ ਆ ਕੰਮ ਲਈਏ। ਉਹ ਤੂੰ ਕਾਗਜ਼ੀ ਵਿਆਹ ਦੀ ਗੱਲ ਕਰਦੀ ਆ, ਕੋਈ ਨਹੀਂ ਕਰਵਾ ਲਾਂਗੇ, ਪਰ ਰੁੱਕ ਜਾ ਹਲੇ ਥੋੜ੍ਹਾ ਟਾਈਮ। ਉਹ ਐਵੇਂ ਕਿਵੇਂ ਰੁਕ ਜਾ, ਮੇਰਾ ਵੀਰਾ ਨਾ ਘਰੇ ਕਿੰਨੇ ਵਾਰ ਮੇਰੇ ਵਿਆਹ ਦੀ ਗੱਲ ਕਰ ਚੁੱਕਿਆ, ਥਾਣੇਦਾਰ ਮੁੰਡਾ ਲੱਭੀ ਬੈਠਾ ਮੇਰੇ ਵਾਸਤੇ, ਮੇਰੇ ਮੰਮੀ ਅਤੇ ਵੀਰੇ ਨੂੰ ਬਹੁਤ ਪਸੰਦ ਆ ਉਹ ਮੁੰਡਾ। ਉਹ ਤੂੰ ਬਹਿ ਜਾ ਯਾਰ, ਕਿਉਂ ਡਰੀ ਜਾਂਦੀ ਆ, ਕਰ ਲੂੰਗਾ ਮੈਂ ਵਿਆਹ ਦੀ ਗੱਲ, ਨਾਲੇ ਤੈਂ ਆਪਦੇ ਘਰੇ ਕੋਈ ਗੱਲ ਨਹੀਂ ਕਰਨੀ ਵਿਆਹ ਦੀ।
ਕਿਉਂਕਿ ਵਿਚੋਲਾ ਮੈਂ ਪਾਊਂਗਾ। ਪਤਾ ਕੌਣ ਪਾਊਂਗਾ? ਤੇਰੇ ਭਰਾ ਦਾ ਦੋਸਤ, ਜਿਹਨੂੰ ਉਹ ਨਾ ਕਰ ਸਕੇ। ਮੇਰੇ ਭਰਾ ਦਾ ਦੋਸਤ? ਉਹ ਹਾਂ, ਮਨੀ ਵੀਰਾ ਹੈਗਾ, ਉਹਨੂੰ ਬਣਾ ਲਾਂਗੇ ਵਿਚੋਲਾ। ਉਹ ਕੋਈ ਨੀ, ਬਣਾ ਲਾਂਗੇ ਉਹਨੂੰ ਵਿਚੋਲਾ। ਪਹਿਲਾਂ ਮੈਂ ਆਪਦੇ ਘਰੇ ਤਾਂ ਗੱਲ ਕਰ ਲਾਂ, ਨਾਲੇ ਫਿਰ ਡੈਡੀ ਜੀ ਦੀ ਵੀ ਉਹਦੇ ਨਾਲ ਤਾਂ ਹੀ ਗੱਲ ਕਰਾਊਂਗਾ। ਨਾਲੇ ਤੂੰ ਫਿਕਰ ਨਾ ਕਰ, ਤੈਨੂੰ ਮੈਂ ਪੂਰੀ ਇੱਜ਼ਤ ਅਤੇ ਧੂਮ ਧਾਮ ਨਾਲ ਵਿਆਹ ਕੇ ਲੈ ਕੇ ਜਾਊਂਗਾ। ਸੱਚੀ? ਪਰ ਕਦੇ ਕਦੇ ਨਾ ਮੈਨੂੰ ਐਂ ਲੱਗਦਾ ਵੀ 3 ਸਾਲ ਹੋ ਗਏ ਆਪਣੀ ਗੱਲ ਹੋਈ ਨੂੰ, ਕਿਤੇ ਤੂੰ ਮੈਨੂੰ ਗੱਲਾਂ ਨਾਲ ਤਾਂ ਨਹੀਂ ਟਰਕਾਈ ਜਾਂਦਾ, ਚੀਟ ਤਾਂ ਨਹੀਂ ਕਰ ਰਿਹਾ ਮੈਨੂੰ? ਉਹ ਨਾ ਕਮਲੀਏ, ਤੂੰ ਐਂ ਕਿਉਂ ਸੋਚੀ ਜਾਂਦੀ ਆ? ਮੈਂ ਤੈਨੂੰ ਕਿਹਾ ਤਾਂ ਹੈਗਾ ਮੈਂ ਤੈਨੂੰ ਧੂਮ ਧਾਮ ਨਾਲ ਵਿਆਹ ਕੇ ਲਿਆਊਂਗਾ, ਨਾਲੇ ਆਪਣੀ ਬੇਬੇ ਦੀ ਨਿਊ ਬਣਾਊਂਗਾ। ਨਾ ਕਦੋਂ ਬਣਾ ਕੇ ਲੈ ਕੇ ਜਾਏਗਾ? ਤੂੰ ਕਹਿੰਦਾ ਅੱਜ ਗੱਲ ਕਰਦਾ ਘਰੇ, ਕੱਲ ਗੱਲ ਕਰਦਾ, ਕਰਦਾ ਤਾਂ ਹੈ ਨਹੀਂ। ਉਹ ਪਹਿਲਾਂ ਮੇਰੀ ਕੌਣ ਸੁਣਦਾ ਸੀ ਘਰੇ? ਮੇਰਾ ਬਾਪੂ ਕਹੀ ਜਾਂਦਾ ਸੀ ਪੜ੍ਹ ਲਾ ਪੜ੍ਹਾਈ ਕਰ ਲਾ, ਮੈਂ ਵੀ ਡਰਦਾ ਸੀ ਵੀ ਕੋਈ ਪੰਗਾ ਨਾ ਖੜਾ ਹੋ ਜਾਏ। ਨਾਲੇ ਥੋੜ੍ਹੇ ਦਿਨਾਂ ਤੱਕ ਤੈਨੂੰ ਗੱਲ ਕਰਕੇ ਦੱਸ ਦੂੰਗਾ ਘਰੇ, ਤੂੰ ਟੈਨਸ਼ਨ ਕਾਹਦੀ ਕਰਦੀ ਆ? ਮੈਂ ਪਿਆਰ ਕੀਤਾ ਤੈਨੂੰ, ਕੋਈ ਧੋਖਾ ਨਹੀਂ ਦਿੰਦਾ। ਬਸ ਤੇਰੀਆਂ ਆਹੀ ਗੱਲਾਂ ਕਰਕੇ ਤਾਂ ਮੈਨੂੰ ਤੇਰੇ 'ਤੇ ਯਕੀਨ ਹੋ ਜਾਂਦਾ, ਸੱਚੀ ਬਹੁਤ ਚੰਗੇ ਹੋ ਤੁਸੀਂ। ਉਹ ਚੱਲ ਤੂੰ ਹੁਣ ਐਂ ਦੱਸ ਖਾਣਾ ਕੀ ਆ? ਉਹ ਨਹੀਂ ਨਹੀਂ ਅੱਜ ਨਹੀਂ, ਫਿਰ ਕਿਸੇ ਦਿਨ ਸੀ। ਅੱਜ ਤਾਂ ਨਾ ਮੈਨੂੰ ਕਾਲਜ ਜਾਣਾ ਪੈਣਾ, ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਪੇਪਰਾਂ 'ਚ ਆਉਣਾ ਕੀ ਆ। ਹੁਣ ਤਾਂ 10-12 ਦਿਨ ਨਾ ਮੈਨੂੰ ਰੱਜ ਕੇ ਪੜ੍ਹਾਈ ਕਰਨੀ ਪੈਣੀ ਆ। ਉਹ ਮੈਂ ਤਾਂ ਕਹਿੰਦਾ ਸੀ ਕਿਹੜਾ ਟਾਈਮ ਲੱਗੂਗਾ, ਕੁਛ ਖਾ ਲੈਂਦੇ ਆਗੇ। ਉਹ ਨਹੀਂ ਨਹੀਂ ਹੁਣ ਮੈਨੂੰ ਜਾਣ ਦੇ ਕਾਲਜ। ਇਹ ਮੁੰਡਾ ਕੌਣ ਆ ਜਿਹੜਾ ਮੇਰੀ ਨਣਦ ਨਾਲ ਹੱਸ ਹੱਸ ਕੇ ਗੱਲਾਂ ਕਰ ਰਿਹਾ? ਹਾਂ ਬਈ, ਫਿਰ ਲਾਇਆ ਲਾਰੇ? ਉਹ ਮਾੜੇ ਮੋਟੇ ਲਾਰੇ ਤਾਂ ਲਾਉਣੇ ਪੈਂਦੇ ਨੇ, ਨਹੀਂ ਫਿਰ ਟਿਕਦੀਆਂ ਕਿੱਥੇ ਨੇ? ਯਾਰ ਮੈਂ ਇੱਕ ਗੱਲ ਤੋਂ ਹੈਰਾਨ ਆ, ਤੇਰਾ ਵਿਆਹ ਹੋਇਆ ਹੋਇਆ, ਇੰਨੀ ਸੋਹਣੀ ਘਰ ਵਾਲੀ ਆ ਤੇਰੀ, ਬੱਚੇ ਵੀ ਨੇ, ਫਿਰ ਤੂੰ ਇਹੋ ਜਿਹੇ ਕੰਮ ਕਿਉਂ ਕਰਦਾ? ਉਹ ਇਹ ਤਾਂ ਪੁਰਾਣੀ ਆਦਤ ਆ ਮੇਰੀ। ਉਹ ਬਾਕੀ ਕੁੜੀਆਂ ਵੀ ਤਾਂ ਬੇਵਕੂਫੀ ਨੇ ਜਿਹੜੀਆਂ ਆਪਣੇ ਵਰਗੇ ਮੁੰਡਿਆਂ ਦੇ ਪਿੱਛੇ ਲੱਗ ਜਾਂਦੀਆਂ ਨੇ। ਤੂੰ ਚੱਲ ਛੱਡ, ਤੇਰੀਆਂ ਵੀ ਤਾਂ ਹੈਗੀਆਂ ਨੇ 2-4। ਉਹ ਹੈਗੀਆਂ ਨੇ, ਪਰ ਮੈਂ ਵਿਆਹਿਆ ਨਹੀਂ ਹੋਇਆ। ਮੈਨੂੰ ਇੱਕ ਗੱਲ ਦੱਸ, ਭਰਜਾਈ ਨੂੰ ਤੇਰੇ 'ਤੇ ਸ਼ੱਕ ਨਹੀਂ ਹੁੰਦਾ? ਤੇਰਾ ਫੋਨ ਤਾਂ ਚੈੱਕ ਕਰਦੀ ਹੋਊਗੀ, ਮੈਸੇਜ ਤਾਂ ਤੈਨੂੰ ਕਈਆਂ ਦੇ ਆਉਂਦੇ ਹੋਣਗੇ। ਉਹ ਤੇਰੀ ਭਰਜਾਈ ਤਾਂ ਮੇਰੇ ਤੋਂ ਡਰਦੀ ਉਹ ਇੰਨਾ, ਉਹਦੀ ਕੀ ਹਿੰਮਤ ਆ ਮੇਰੇ ਫੋਨ ਨੂੰ ਹੱਥ ਲਾ ਜੇ? ਪਰ ਬਾਈ ਮੈਂ ਨਹੀਂ ਇਹ ਗੱਲ ਮੰਨ ਸਕਦਾ, ਭਰਜਾਈ ਨੂੰ ਤੇਰੇ 'ਤੇ ਕਦੇ ਵੀ ਸ਼ੱਕ ਨਹੀਂ ਹੋਇਆ? ਉਹ ਨਹੀਂ ਹੋਇਆ, ਨਾਲੇ ਜੇ ਹੋ ਵੀ ਗਿਆ ਫਿਰ ਕੀ ਕਰ ਲੂੰ ਮੇਰਾ? ਨਾਲੇ ਇਹ ਨਾ ਭੁੱਲ, ਉਹ ਹੁਣ ਮੇਰੇ ਜਵਾਕਾਂ ਦੀ ਮਾਂ ਗੀ। ਇਹ ਗੱਲ ਤਾਂ ਠੀਕ ਆ ਬਾਈ, ਪਰ ਇਹ ਕੁੜੀ ਨਾ ਤਕੜੇ ਕਰੋ ਆ, ਜੇ ਇਹਦੇ ਭਰਾ ਨੂੰ ਪਤਾ ਚੱਲ ਗਿਆ ਨਾ ਤੈਨੂੰ ਪੁਲਿਸ 'ਚ ਫੜਾ ਦੇਣਗੇ। ਉਹ ਨਹੀਂ ਲੱਗਦਾ ਪਤਾ ਇਹਦੇ ਭਰਾ ਨੂੰ, ਮੈਂ ਕਦੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਮੈਂ ਕੋਈ ਕਿਹੋ ਜਿਹਾ ਸਬੂਤ ਨਹੀਂ ਛੱਡਦਾ ਜਿਹੜਾ ਇਹਦੇ ਭਰਾ ਨੂੰ ਪਤਾ ਲੱਗ ਜੇ। ਨਾਲੇ ਤੈਨੂੰ ਇੱਕ ਹੋਰ ਗੱਲ ਦੱਸਾਂ, ਮੈਂ ਜਿਹੜੇ ਨੰਬਰ ਤੋਂ ਨਾ ਇਹਦੇ ਨਾਲ ਗੱਲ ਕਰਦਾ, ਉਹ ਨੰਬਰ ਵੀ ਇਹਦੇ ਭਰਾ ਦੇ ਨਾਮ 'ਤੇ ਹੀ ਆ। ਭਰਾ ਦੇ ਨਾਂ 'ਤੇ ਸਿਮ? ਵਾਹ ਯਾਰ, ਤੂੰ ਤਾਂ ਬੜਾ ਹੀ ਚਲਾਕ ਹੈ। ਜੇ ਕੱਲ ਨੂੰ ਰੌਲਾ ਵੀ ਪੈਂਦਾ ਤਾਂ ਉਹਦੇ ਭਰਾ ਦਾ ਹੀ ਨਾਮ ਆਊਗਾ, ਮੰਨ ਗਏ ਤੈਨੂੰ ਯਾਰ? ਬਸ ਐਂ ਆ ਯਾਰ। ਯਾਰ ਇੱਕ ਗੱਲ ਹੋਰ ਪੁੱਛਣੀ ਸੀ ਤੇਰੇ ਤੋਂ, ਤੇਰੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਸਹੇਲੀਆਂ ਨੇ, ਪਰ ਤੈਨੂੰ ਇਸੇ ਕੁੜੀ 'ਚ ਕੀ ਦਿਖਦਾ? ਉਹ ਯਾਰ ਇਹਦਾ ਤੂੰ ਬੜਾ ਹੀ ਸੌਖਾ ਸਵਾਲ ਪੁੱਛ ਲਿਆ ਮੇਰੇ ਤੋਂ। ਦੱਸਦਾ ਤੈਨੂੰ, ਮੈਨੂੰ ਇਸ ਕੁੜੀ 'ਚੋਂ ਪੈਸਾ ਦਿਖਦਾ ਜਿਹੜਾ ਇਹਨਾਂ ਕੋਲ ਵਾਧੂ ਆ। ਉਹ ਹੋਰ ਵੀ ਮੇਰੀਆਂ ਬਹੁਤ ਸਹੇਲੀਆਂ ਨੇ ਨਾ, ਉਹ ਬਹੁਤ ਹੀ ਜ਼ਿਆਦਾ ਸੋਹਣੀਆਂ ਨੇ, ਮੈਨੂੰ ਉਹਨਾਂ ਮੂਹਰੇ ਹਵਾ ਹੁਵਾ ਕਰਨ ਨੂੰ ਪੈਸੇ ਦੀ ਲੋੜ ਪੈਂਦੀ ਰਹਿੰਦੀ ਆ।
ਤੇ ਮੈਨੂੰ ਪੈਸੇ ਦਿੰਦੀ ਰਹਿੰਦੀ ਆ। ਉਹ ਬਾਕੀ ਰਹੀ ਗੱਲ ਪਿਆਰ ਦੀ, ਉਹ ਪਿਆਰ ਪੂਰ ਕੋਈ ਨਹੀਂ ਹੈਗਾ ਇਹਦੇ ਨਾਲ ਮੈਨੂੰ, ਬਸ ਸਾਰਾ ਖੇਡ ਪੈਸਿਆਂ ਦਾ।